ਜੀ ਦਾ ਜਨਮ ਪੌਂਟਾ ਸਾਹਿਬ ਵਿਖੇ 1687 ਈਸਵੀ ਵਿੱਚ ਹੋਇਆ। ਸਹਿਲਜਾਦਾ ਜੁਝਾਰ ਸਿੰਘ ਜੀ ਦਾ ਜਨਮ ਆਨੰਦਪੁਰ ਸਾਹਿਬ ਵਿਖੇ ਸੰਨ 1690 ਈਸਵੀ ਵਿੱਚ ਹੋਇਆ। गुरु जी पांच पांच सिंघां दे जत्थियां नूं मैदाने जंग भेजदे। ओह सिंघ मुगलां दे कई हजार सैनिकां नाल मुकाबला करदे ते शहीद हो जांदे। उस समय बाबा अजीत सिंह जी की उम्र 18 साल दी सी। ਉਹ ਵੀ ਜੋਧਪੁਰੀ ਵਿੱਚ ਜਾਣ ਦੀ ਜੱਦ ਕਰਨ ਲੱਗੇ। ਗੁਰੂ ਜੀ ਨੇ ਆਪਣੇ ਪੁੱਤਰ ਦੀ ਨਿਰਭਰਤਾ, ਸੂਰਬੀਰਤਾ ਅਤੇ ਹੌਸਲੇ ਨੂੰ ਦੇਖਦੇ ਹੋਏ ਬਾਬਾ ਅਜੀਤ ਸਿੰਘ ਜੀ ਵੀ ਜੋਧਪੁਰੀ ਵਿੱਚ ਜਾਣ ਦੀ ਆਗਿਆ ਦੇ ਦਿੱਤੀ। ਸਹਿਜਾਦਾ ਅਜੀਤ ਸਿੰਘ ਜੀ ਪੰਜ ਸਿੰਘਾਂ ਦੇ ਨਾਲ ਜੰਗ ਮੈਦਾਨ ਵਿੱਚ ਗਏ। ਉਹ ਬਹੁਤ ਬਹਾਦਰੀ ਨਾਲ ਲੜੇ। ਉਹਨਾਂ ਨੇ ਕਈ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਅੰਤ ਵਿੱਚ ਉਹ ਸ਼ਹੀਦੀ ਪਾ ਗਏ। ਜਿੱਥੇ ਉਹਨਾਂ ਨੇ ਸ਼ਹੀਦੀ ਪਾਈ ਉੱਥੇ ਹਨ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸੁਸ਼ੋਭਿਤ ਹੈ। ਆਪਣੇ ਪੁੱਤਰ ਨੂੰ ਮੈਦਾਨੇ ਜੰਗ ਵਿੱਚ ਦੁਸ਼ਮਣ ਨਾਲ ਲੜਦੇ ਲੜਦੇ ਸ਼ਹੀਦ ਹੋਣ ਦਾ ਦ੍ਰਿਸ਼ ਗੁਰੂ ਜੀ ਅੱਖੀ ਦੇਖ ਰਹੇ ਸਨ। ਆਪਣੇ ਵੀਰ ਨੂੰ ਦੇਖਦੇ ਹੋਏ ਬਾਬਾ ਜੁਝਾਰ ਸਿੰਘ ਜੀ ਨੇ ਬਿਨਾ ਡਰੇ ਬਹਾਦਰੀ ਦੇ ਨਾਲ ਮੁਗਲਾਂ ਦੀ ਫੌਜ ਤੇ ਇੱਕ ਸ਼ੇਰ ਦੀ ਤਰ੍ਹਾਂ ਹਮਲਾ ਬੋਲ ਦਿੱਤਾ। ਤੇ ਵਿੱਚ ਬਹੁਤ ਸਾਰੇ ਦੁਸ਼ਮਣਾਂ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਘੇਰਾ ਪਾ ਲਿਆ ਤੇ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਵੱਡੇ